लो भी सवेरे दे वज गए 9:15 ते मम्मी सोने हलवे की तैयारी करी जाती है। कढ़ाई कर ली है साफ धो के, हुण बनूगा सोना हलवा। ਅਕੇਨੀ ਇੱਕ ਭਰਾ ਲਈ 7 ਕਿਲੋ ਹੋ ਜੂਗਾ, 4 ਕਿਲੋ ਇਹ ਕੁਛ ਘਰੇ ਹੈਗਾ, ਕੁਛ ਘਿਓ ਪਾਵਾਂਗੇ। ਜੀ ਆਹ ਜਿਹੜੀ ਕਣਕ ਰੱਖੀ ਸੀ ਅੰਕੁਰਿਤ ਕਰਕੇ ਮੇਰੇ ਘਰੇ ਮਿਕਸੀ ਖਰਾਬ ਹੋ ਗਈ, ਉਹ ਸੁੱਕ ਗਈ, ਰਬੜਦੀ ਸੀਗੀ, ਟੁੱਟ ਗਈ ਮੇਰੇ ਕੋਲੋਂ, ਅਤੇ ਮੈਂ ਪੜੋਸੀਆਂ ਦੇ ਘਰੋਂ ਇਹਨੂੰ ਪੀਸ ਲਿਆਈ। ਜਿਹੜੀ ਕਣਕ ਅੰਕੁਰਿਤ ਕਰੀ ਸੀ, ਉਗਾਈ ਸੀ, ਉਸ ਤੋਂ ਬਾਅਦ ਸੁਕਾਈ ਸੀ, ਸੁਕਾ ਕੇ ਅਤੇ ਆਹ ਪੀਸ ਲਈ। ਦਲੀਏ ਤਾਂ ਥੋੜ੍ਹੀ ਜਿਹੀ ਬਾਰੀਕ ਅਤੇ ਆਟੇ ਤੋਂ ਥੋੜ੍ਹੀ ਜਿਹੀ ਮੋਟੀ, ਦਲੀਏ ਤਾਂ ਹੁੰਦਾ ਬਾਹਲਾ ਮੋਟਾ ਮੋਟਾ ਦਿਸਦਾ ਜਿਵੇਂ, ਅਤੇ ਦਲੀਏ ਤੋਂ ਬਾਰੀਕ ਅਤੇ ਆਟੇ ਤੋਂ ਥੋੜ੍ਹੀ ਜਿਹੀ ਮੋਟੀ ਦਰਦਰੀ ਜੀ ਪੀ ਲਿਆਂਦੀ। ਅਤੇ ਆਹ ਜਿਵੇਂ 1.5 ਕਿਲੋ ਇਹਦਾ ਵਜ਼ਨ ਹੈ, ਮੈਂ ਤੋਲ ਲਿਆ ਮਿਲ ਲਿਆ। ਉਸ ਤੋਂ ਬਾਅਦ ਇਹਦੇ 'ਚ 1.25 ਕਿਲੋ ਆਟਾ ਪਾਊਂਗੀ, ਨੋਰਮਲ ਆਟਾ ਰੋਟੀ ਬਣਾਉਣ ਵਾਲਾ। ਉਵੇਂ ਕਣਕ ਜਿਹੜੀ ਪੀਸੀ ਵੀ ਹੈ ਅਤੇ ਆਟਾ, ਅਤੇ ਸਭ ਇਹਨਾਂ ਠੰਡੇ ਦੁੱਧ 'ਚ ਹੀ ਘੋਲ ਦੇਣਾ ਹੁੰਦਾ, ਬਾਅਦ ਦੇ ਵਿੱਚ ਥੋੜ੍ਹੀ ਦੇਰ ਠਹਿਰ ਕੇ ਕੋਈ ਡਰਾਈ ਫਰੂਟ ਜਿਵੇਂ ਪਾਉਣਾ ਜਾਂ ਕੁਛ, ਉਹ ਬਾਅਦ 'ਚ, ਅਤੇ ਠੰਡੇ ਦੁੱਧ 'ਚ ਹੀ ਘੋਲ ਦੇਣਾ ਹੁੰਦਾ। ਅਤੇ ਇਹ ਇਹਨਾਂ ਦੁੱਧ ਫਰਿੱਜ ਵਾਲਾ ਸੀ, ਇਸ ਕਰਕੇ ਮੈਂ ਥੋੜ੍ਹਾ ਗੁਣਗੁਣਾ ਕਰਿਆ, ਕਿਉਂਕਿ ਰਿੰਕੂ ਹੋਰੀ ਹੋਰ ਦੁੱਧ ਲੈਣ ਗਈ ਹੈ, ਫਿਰ ਇਹ 'ਚ ਪਾ ਦੂੰਗੀ, ਇੱਕਦਮ ਠੰਡਾ ਹੋ ਜੂਗਾ। ਸਾਡਾ ਫਰਿੱਜ 'ਚ ਪਿਆ ਉਹ ਵੀ ਕੱਢ ਕੇ ਪਾ ਦੂੰਗੀ, ਜਦੋਂ ਇਹ ਰੂਮ ਟੈਂਪਰੇਚਰ 'ਤੇ ਹੋ ਜੂਗਾ ਠੰਡਾ, ਠੀਕ ਠੀਕ ਜਿਹਾ ਛੂਹਣ ਜੋਗਰਾ, ਕਿਉਂਕਿ ਐਵੇਂ ਤਾਂ ਇਹਦੇ ਵਿੱਚ ਹੱਥ ਪਾਉਂਗੀ ਤਾਂ ਸੁੰਨਾ ਹੋ ਜੂਗਾ ਹੱਥ। ਇੱਕ ਆ ਉਂਗਲ 'ਤੇ ਲੱਗੀ ਹੈ ਚੋਟ ਪਿਛਲੇ ਦਿਨਾਂ 'ਚ, ਅਤੇ ਇਹਦਾ ਮਾਸ ਪਟ ਗਿਆ ਅੰਦਰੋਂ, ਟਿੰਡੇ ਤੋੜਦੀ ਸੀ ਖੇਤ 'ਚ, ਅਤੇ ਟਿੰਡੇ ਤੋੜਦੀ ਤਾਂ ਕੋਈ ਝਟਕਾ ਵੱਜਿਆ, ਟਿੰਡਾ ਤੋੜ ਕਰੜਾ ਸੀਗਾ ਅਤੇ ਟੁੱਟਿਆ ਨਹੀਂ, ਅਤੇ ਇਹ ਉਂਗਲ ਦਾ ਕੋਈ ਨੁਕਸ ਹੋ ਗਿਆ, ਅਤੇ ਨਾ ਤਾਂ ਮੈਂ ਕਿਸੇ ਨੂੰ ਦਿਖਾਈ, ਪੀੜ ਤਾਂ ਇਹਦੀ ਬਹੁਤ ਹੁੰਦੀ ਹੈ ਕਦੇ ਕਦੇ। ਅਤੇ ਆ ਦੁੱਧ ਧਰਿਆ ਮੈਂ ਇੱਕ ਵਾਰ ਥੋੜ੍ਹੀ ਜਿਹੀ ਬਾਲੀ ਆ ਅੱਗ ਥੱਲੇ, ਅਤੇ ਆ ਦੇਖੋ ਆ ਚੁੱਲ੍ਹਾ ਜਿਹੜੇ ਨੂੰ ਮਿੱਟੀ ਲਾਈ ਸੀ ਮੈਂ ਕੱਲ੍ਹ ਪਰਸੋਂ, ਅਤੇ ਕਿੰਨਾ ਪਾਤਾ ਹੁਣ ਦੁੱਧ? 7 ਕਿਲੋ ਪਹਿਲਾਂ ਵਾਲਾ, 4 ਕਿਲੋ 11 ਨੋਰਮਲ ਜਿਹਾ ਹੋ ਗਿਆ, ਬੜਾ ਗਰਮ ਹੈ ਨੀ, ਅਤੇ ਇਹਦੇ 'ਚ ਲਾਉਂਦੇ ਹੱਥ ਨਾਲ ਐਵੇਂ ਛੂ ਸਕਦਾ ਇਹਨੂੰ ਅਗਲਾ, ਇਹ ਜਾਣ ਗਿਆ ਹੱਥ ਧੋ ਕੇ ਸਮਾਰ ਕੇ ਪੂੰਝ ਕੇ ਫਿਰ ਲਾਇਆ ਇਹਨੂੰ, ਐਂ ਸਮਾਰ ਕੇ ਰਲਾ ਕੇ ਤੇਰਾਂ ਕਿਲੋ ਦੇ ਨੇੜੇ ਪਾਤਾ ਇਹ 'ਚ ਦੁੱਧ, ਕੁਛ ਪਾ ਦਿਆਂਗੇ ਘਿਓ, ਦੁੱਧ ਤਾਂ ਜੇ ਹੋਰ ਹੁੰਦਾ ਤਾਂ ਪਾ ਦਿੰਦੇ, ਪਰ ਹੋਰ ਦੁੱਧ ਮਿਲਿਆ ਨਹੀਂ, ਇੱਕਦਮ ਤਿਆਰੀ ਕਰੀ ਰਾਤ, ਕੋਈ ਤਿਆਰੀ ਨਹੀਂ ਕਰੀ, ਸਾਰੀਆਂ ਗੁੱਠੜੀਆਂ ਹੋਏ ਚੰਗੀ ਤਰ੍ਹਾਂ ਪਾਣੀ 'ਚ ਮਿਕਸ ਕਰਕੇ ਇਹਦੇ 'ਚ ਦੂਜਾ ਨਹੀਂ ਮੈਂ ਲਾਉਂਦੀ, ਗਰਮ ਹੋਣ ਲੱਗ ਗਿਆ ਥੱਲੇ ਅੱਗ ਪੈ ਗਈ, ਉਵੇਂ ਥੱਲੇ ਲਾ ਕੇ ਕੜਾਹੀ ਪਲਾਉਂਦੀ ਇੱਕ ਵਾਰੀ ਮਿਕਸ ਕਰ ਲਵੇ, ਅਤੇ ਫਿਰ ਉਸ ਤੋਂ ਬਾਅਦ ਥੱਲੇ ਮੈਂ ਥੋੜ੍ਹਾ ਕਰ ਦਿਆਂਗੀ ਮਿਕਸ ਚੰਗੀ ਤਰ੍ਹਾਂ ਇਹਨੂੰ ਕਰਕੇ ਮਿਕਸ, ਇਸ ਤਰ੍ਹਾਂ ਦੋਵੇਂ ਹੱਥਾਂ ਨਾਲ ਕਰ ਲਵੇ ਪਾਉਂਦੀਆਂ ਨੇ, ਇੱਕ ਬੁੱਕੜੀ ਨਹੀਂ ਲੈਣੀ ਚਾਹੀਦੀ ਦੋਵੇਂ ਆਟੇ ਦੀ ਤਰ੍ਹਾਂ ਕਰੋ ਕਣਕ ਦੀ ਵਾਸ਼ਨਾ ਚਲੋ ਜੀ ਇਹਨੂੰ ਜਿਵੇਂ ਜਿਵੇਂ ਗੁੱਠੜੀਆਂ ਦਿਸਣਗੀਆਂ ਉਵੇਂ ਉਵੇਂ ਸਾਰੀਆਂ ਨੂੰ ਚੰਗੀ ਤਰ੍ਹਾਂ ਘੋਲਦੀਆਂ, ਕਿਉਂਕਿ ਥੋੜ੍ਹਾ ਜਿਹਾ ਗਰਮ ਹੋ ਗਿਆ ਉਵੇਂ ਤਾਂ ਇਹ ਥੱਲੇ ਕੜਾਹੀ ਰੱਖ ਕੇ ਅਤੇ ਫਿਰ ਹੀ ਘੋਲਣਾ ਹੁੰਦਾ, ਅਤੇ ਸਾਡਾ ਦੁੱਧ ਅੱਡ ਅੱਡ ਆਇਆ ਇਸ ਕਰਕੇ ਫਿਰ ਸਾਨੂੰ ਮੈਨੂੰ ਉੱਤੇ ਰੱਖਣੀ ਪੈ ਗਈ ਚੁੱਲ੍ਹੇ 'ਤੇ ਕੜਾਹੀ, ਅਤੇ ਦੁੱਧ ਹੋ ਗਿਆ ਥੋੜ੍ਹਾ ਜਿਹਾ ਜ਼ਿਆਦਾ ਗਰਮ, ਫਿਰ ਇਹ ਛੇੜਿਆ ਨਹੀਂ ਗਿਆ ਹੱਥ ਨਾਲ, ਇਸ ਕਰਕੇ ਮੈਂ ਕੜਛੀ ਨਾਲ ਰਿੰਕੂ ਨੂੰ ਲਾ ਰੱਖਿਆ ਸੀ ਅੱਜ ਖੁਰਚਣਾ ਮਾਰਨ, ਇਸ ਸਾਈਡ ਤੋਂ ਤਾਂ ਇਹੋ ਜਿਹੇ ਬੱਠਲ ਬੁੱਠਲ ਜਿਹੇ ਆਉਂਦੇ ਆ ਵਿੱਚ, ਇੱਧਰ ਹੀ ਹੋਣਾ ਪੈਣਾ, ਅਤੇ ਇਹ ਐਂ ਨਹੀਂ ਵੀ ਦੁੱਧ 'ਚ ਘੋਲਿਆ ਅਤੇ ਦਲੀਆ ਪੱਕ ਗਿਆ ਅਤੇ ਇਹਨੂੰ ਲਾਹ ਤਾ, ਇਹਦੇ 'ਤੇ ਟਾਈਮ ਬਹੁਤ ਲੱਗੂਗਾ, ਇਹ ਦਿਲ ਨਾਲ ਅਤੇ ਨੀਤ ਨਾਲ ਬਣਦਾ, ਐਵੇਂ ਤਾਂ ਇਹ ਬਣਾਇਆ ਨਹੀਂ ਜਾਂਦਾ ਹਰੇਕ ਤੋਂ, ਬਹੁਤ ਮੁਸ਼ਕਿਲ ਨਾਲ ਬਣਦਾ ਇਹ, ਹਜੇ ਤਾਂ ਇਹਦਾ ਜਿਹੜਾ ਸਾਰਾ ਦੁੱਧ ਹੈ ਦੁੱਧ 'ਚ ਪੱਕ ਕੇ ਅਤੇ ਇਹਦਾ ਖੋਆ ਬਣ ਜੂਗਾ, ਜਦੋਂ ਇੱਕਦਮ ਇਹ
जिमें आप आटे का डो बनाने वह जहा हो गया। उस तो बाद पेगी खंड, फिर वह खंड में भी हौली हौली उस सारे रलाना होगा, फिर पेगा घ्यो जो जरूरत हुई तो। पहली गल पेगा ही क्योंकि साडा दुध मुलद, मुलदे दुध तो असं विश्वास नहीं करते, घर का दुध हो तो असं घ्यो पाते नहीं, फिर तो बथेरा हो जाता। चलो जी हूँ हो चंकी तरह मिक्स, गर्म होने तो बाद तुसी चाहो तो ये 15 किलो दुध भी पा सकते हो, तो 10 भी पा सकते हो, तो मैं 13 किलो पाया बीच वाला मेल। रिंकू एक बंद कर करना, इस टाइम हूँ कोई हेल्पर है नहीं। तो आ देखो एक कड़छी मैं एक बार घ्यो दी पाऊंगी ये ताकि सॉफ्ट सॉफ्ट चले, उस तो बाद जो जरूरत हुई तो मैं होर पाऊंगी बाद लास्ट ते, हूँ घ्यो नहीं पावगी ये। फट कैमरा देसी घ्यो करता, यानी कि एक बार सॉफ्ट चले काढ़ा फल लगे ना, आसे पासे चिपके भी ना, जे जिम्मे घ्यो ना पावे तो कमी आई चिपके। एक कड़छी पाइए घ्यो, उस बाद घ्यो पावे लास्ट, जे जरूरत हुई तो पावे, जे जरूरत ना हुई तो फिर घ्यो पाते नहीं बस। जे उन्हें कई बार असं खाद आटने ही लेना होंगे, अद्धा किलो भी पा दें, अखा पै गया धुआं, मैं भी सूरज राठी की मां करो तो ही लगूगी, सूरज राठी किधर गया जवाकों छटन गया सूरज राठी। ਲੈ ਵੀ ਸੂਰਜ ਰਾਠੀ ਆ ਗਿਆ, ਜਵਾਕਾਂ ਛੱਡਣ ਗਿਆ ਸੀ ਅਤੇ ਸਬਜ਼ੀ ਲੈਣ ਗਿਆ ਸੀ, ਪੱਕਾ ਹਲਵਾਈ ਇਹੀ ਹੈ। ਮੈਂ ਤਾਂ ਥੋੜ੍ਹੀ ਬਹੁਤੀ ਹੈਲਪ ਕਰਦੀ ਹਾਂ ਅਤੇ ਵਿਧੀ ਦੱਸਦੀ ਹਾਂ, ਬਾਕੀ ਦੀ ਜਿਹੜੀ ਬਣਾਉਣਾ ਬਣਾਉਣਾ ਅਤੇ ਲਾਉਣਾ ਅਤੇ ਚੱਕਣਾ ਅਤੇ ਧਰਨਾ ਤਾਂ ਇਹਦਾ ਹੀ ਕੰਮ ਹੈ ਪਿੰਕੂ ਦਾ। ਲੈ ਵੀ ਇਹਨੂੰ ਹੋ ਗਿਆ ਘੱਟ ਤੋਂ ਘੱਟ ਅੱਧਾ ਘੰਟਾ ਹੋ ਗਿਆ, ਅੱਧਾ ਘੰਟਾ ਹੋ ਗਿਆ, ਚਲਾਉਂਦੇ ਹੀ ਰਹਿਣਾ ਇਹਨੂੰ ਚਲਾਉਂਦੇ ਹੀ, ਜਿੰਨਾ ਚਿਰ ਵੀ ਇਹ ਬਣੀ ਜਾਵੇ, ਇਹਦੀ ਕੜਛੀ ਤਾਂ ਰੁਕਣ ਦੇਣੀ ਨਹੀਂ ਜਮਾਂ ਹੀ, ਇਹ ਤਾਂ ਚਿਪਕਣ ਲੱਗ ਜਾਂਦਾ ਥੱਲੇ, ਖੁਸ਼ਬੂ ਵੀ ਆਉਣ ਲੱਗ ਗਈ ਸੋਹਣੀ ਸੋਹਣੀ। ਲਗਭਗ 2 ਘੰਟੇ ਹੋਣ ਵਾਲੇ ਹੈ ਅਤੇ ਉਬਾਲ ਆ ਗਿਆ ਪੂਰਾ, ਖੋਆ ਬਣ ਗਿਆ ਅਤੇ ਰੰਗ ਵੀ ਬਦਲ ਗਿਆ ਇਹਦਾ, ਗਾੜਾ ਹੋ ਗਿਆ ਪੂਰਾ, ਹਜੇ 2 ਘੰਟੇ ਹੋਰ ਲੱਗ ਜਾਣੇ ਹੈ। ਸਮਾਈਲ ਕਰਦੇ ਹੋਏ ਸੂਰਜ ਰਾਠੀ, ਲੈ ਵੀ ਹਲਵਾ ਪਾਉਣ ਲੱਗ ਗਿਆ, ਇੱਕ ਵਾਰੀ ਛਿੱਟੇ ਗੜ ਗੜ ਹੋ ਗਿਆ, ਛਿੱਟੇ ਪਾਉਣ ਲੱਗ ਗਿਆ, ਦੂਰ ਰਹੀ ਇੱਕ ਵਾਰੀ ਛਿੱਟੇ ਪਾਊਗਾ ਹੁਣ, ਇਸੇ ਕਰਕੇ ਇਹਦੀ ਕੜਾਹੀ ਵੱਡੀ ਲਾਉਂਦੇ ਆ ਇਹਦੇ 'ਤੇ, ਕਿਉਂਕਿ ਜਦੋਂ ਇਸ ਟਾਈਮ 'ਤੇ ਪੱਕਣ ਲੱਗ ਜਾਂਦਾ ਨਾ ਗੜ ਹੋ ਕੇ, ਉਦੋਂ ਛਿੱਟੇ ਪਾਉਣ ਲੱਗ ਜਾਂਦਾ ਗਰਮ ਗਰਮ ਉੱਤੇ, ਗੜ ਗੜ ਹੋ ਗਿਆ ਗਰਮ ਪਾਉਂਦਾ ਛਿੱਟੇ, ਇਸ ਕਰਕੇ ਕੜਾਹੀ ਵੱਡੀ ਲੈਂਦੇ ਹੁੰਦੇ, ਦੂਰ ਖੜ ਕੇ ਵੀਡੀਓ ਬਣਾਉਣਾ ਪੈਂਦਾ ਹੁਣ। ਅਤੇ ਹੋ ਗਿਆ ਗਾੜਾ ਗਾੜਾ ਅਤੇ ਕਲਰ ਵੀ ਹੋ ਗਿਆ ਚੇਂਜ, ਇਹਦਾ ਲਾਲ ਜਿਹਾ ਕਲਰ ਹੋ ਗਿਆ, ਕਿਵੇਂ ਕਹਿੰਦਾ ਹੁੰਦਾ ਬਾਈ ਇਹ ਜੇ ਪੂਰੇ ਕਲਰ ਨੂੰ ਬਰਾਊਨ ਕਲਰ ਹੋ ਗਿਆ, ਮੈਨੂੰ ਕਹਿੰਦਾ ਮੇਰਾ ਕੋਟ ਵੇਖਿਆ ਕਿਤੇ ਮੈਂ ਕਿਹਾ ਕਿਹੜਾ, ਪੂਰੀ ਨੀਂਦ 'ਚ ਤੜਕੇ ਉੱਠਦੇ ਆ ਸਾਰੀ ਬਰਾਊਨ ਜੇ ਕਲਰ ਦਾ, ਮੈਂ ਕਿਹਾ ਤੇਰੇ ਤੋਂ ਬੋਲੀ ਦਾ ਤਾਂ ਪੂਰਾ ਸੂਰਾ ਹੈ ਨੀਗਾ। ਮੈਂ ਵੀ ਵਧੀਆ ਹੁੰਦਾ ਜਾਂਦਾ ਗਾੜਾ ਗਾੜਾ, ਬਸ ਹੁਣ ਇਹਦੇ 'ਤੇ ਥੋੜ੍ਹਾ ਟਾਈਮ ਲੱਗਣਾ, ਇੱਥੇ ਜੇ ਆ ਕੇ ਔਖਾ ਹੋ ਜਾਂਦਾ ਥੋੜ੍ਹਾ ਜਿਹਾ, ਜਿਵੇਂ ਰਿੱਝ ਗਿਆ ਨਾ ਹੋਰ ਫਿਰ ਛਿੱਟੇ ਮਾਰਨੋਂ ਹਟ ਜੂਗਾ, ਇੱਕਦਮ ਇਕੱਠਾ ਹੋ ਗਿਆ ਤਾਂ ਜਿਵੇਂ ਆਟਾ ਖੁੰਦੇ ਹੁੰਦੇ ਨਾ ਉਹੋ ਜਿਹਾ ਹੋ ਜੂਗਾ, ਫਿਰ ਛਿੱਟੇ ਮਾਰਨੋਂ ਹਟ ਜੂ, ਫਿਰ ਹੋ ਜੂ ਤਿਆਰ ਸੋਨੇ ਜੈਸਾ ਸੋਨਾ ਹਲਵਾ। ਰਿੰਕੂ ਦੇ ਪੈ ਗਿਆ ਗਰਮ ਛਿੱਟਾ, ਹੋ ਗਿਆ ਇਕੱਠਾ ਵਿਚਾਲੇ ਵਿਚਾਲੇ ਸੋਨਾ ਹਲਵਾ, ਅਤੇ ਅਸੀਂ ਰਿੰਕੂ ਗਏ ਬੀਕਾਨੇਰ ਉੱਥੇ ਗੰਗਾ ਸਿੰਘ ਦਾ ਗੜ ਵੇਖਣ, ਉੱਥੇ ਉਹ ਗੰਗਾ ਸਿੰਘ ਦਾ ਮੰਜਾ ਹੈ ਨਾ ਜਿਹੜਾ ਬਹੁਤ ਲੰਮਾ ਸਾਰਾ, ਅਤੇ ਕਹਿੰਦੇ ਵੀ ਇਹ ਮੰਜਾ ਨਾ ਉਹਦੇ ਗੋਡਿਆਂ ਤਾਂ ਹੀ ਆਉਂਦਾ ਸੀ, ਗੋਡਿਆਂ ਤੋਂ ਜਿਹੜੀਆਂ ਅੱਗੇ ਵਾਲੀਆਂ ਲੱਤਾਂ ਹੈ ਨਾ ਉਹ ਥੱਲੇ ਲਟਕਾ ਕੇ ਸੌਂਦਾ ਸੀ ਮੰਜੇ ਨੂੰ ਬੰਨ ਕੇ ਆਪਦੇ ਨਾਲ, ਵੀ ਕੋਈ ਦੁਸ਼ਮਣ ਚਾਣ ਚੱਕੀ ਆ ਜਾਵੇ ਤਾਂ ਸਣੇ ਮੰਜਾ ਹੀ ਖੜਾ ਹੋ ਜਾਂਦਾ ਸੀ, ਸਮਾਰ ਕੇ ਉੱਭਰ ਗਿਆ ਤਾਂ ਰੱਖਿਆ ਸਣੇ ਮੰਜਾ ਹੀ ਉੱਠ ਖੜਦਾ, ਜਿਹੜੀ ਤਲਵਾਰ ਵੇਖੀ ਆਪਣੇ ਵਰਗੇ ਤਾਂ ਚੱਕੀ ਦੀ ਨਹੀਂ, ਅਤੇ ਕੋਟ ਕਹਿੰਦੇ 56 ਕਿਲੋ ਦਾ ਕੋਟ ਮੁਕਟ, ਉਹ ਚੀਜ਼ਾਂ ਆਪਣੇ ਵਰਗੇ ਤਾਂ ਚੱਕ ਕੇ ਨਹੀਂ ਤੁਰਿਆ ਜਾਂਦਾ, ਉਹ ਪਾਈ ਫਿਰਦਾ ਰਹਿੰਦਾ ਸੀ ਹਰਦਮ। ਹੁਣ ਮੈਨੂੰ ਲੱਗਦਾ ਜ਼ਿਆਦਾ ਹੀ ਲੋਕਾਂ ਦੇ ਕੱਦ ਛੋਟੇ, ਜਿਹੜੇ ਜਿੰਮ ਜੁੰਮ ਕਰ ਲੈਂਦੇ ਆ ਚੰਗੇ ਕਿ ਨਹੀਂ, ਉਹਨਾਂ ਦਾ ਤਾਂ ਵੱਧ ਵੁੱਧ ਜਾਂਦੇ ਆ ਕੱਦ 'ਤੇ, ਬਾਕੀ ਕੱਦ ਛੋਟੇ ਰਹਿ ਜਾਂਦੇ ਅੱਜ ਕੱਲ੍ਹ, ਪਹਿਲਾਂ ਵਰਗੀਆਂ ਖੁਰਾਕਾਂ ਹੈ ਨਹੀਂ ਗੀਆਂ, ਫੋਨ ਨਹੀਂ ਸੀ ਕੋਈ ਹੋਰ ਚੀਜ਼ ਹੈ ਨਹੀਂ ਸੀ, ਅੱਜ ਕੱਲ੍ਹ ਚੀਜ਼ ਪਸੰਦ ਕਰਦੇ ਆ ਕਿ ਸਮੋਸੇ ਹੈ ਉਹ ਹੈ ਵਾਹ ਹੈ, ਉਹ ਚੀਜ਼ਾਂ ਬਾਹਲਾ ਲੱਟਰ ਪੱਟਰ ਬਾਹਰੋਂ ਖਾਈ ਜਾਂਦੇ ਆ ਕਿ ਨਹੀਂ, ਜੜੀ ਬੂਟੀਆਂ ਖਾਈ ਰੱਖਦੇ
वो अगले ताकत दियाँ चीज़ा खाते थे, गिलास घ्यो का पीते थे, अपने वर्गिया तो गिलास खाई दी महीने ची, वो भी अद्धे हम डॉक्टर बंद करा देंगे एक नहीं तो जि जिमें हलवाई की दुकान पर आँदी होंगी ना वाशना खोए की एवें आने लगी सोहनी सोहनी सौंधी सौंधी खुशबू तो हमें पकता जाता तैयार होंदा जाता कलर भी सोहना हो गया। पिंकू लिया ड्राई फ्रूट लो ही हो गया वीडियो चालू। मम्मी हुण पाउण लगी है काजू ड्राई फ्रूट आई मीन टू से ड्राई फ्रूट जिहदे कारना च होया ओहदे ओहदे हाथ आई जाऊगा कि नहीं। हाँ सोने हलवे का कलर चेंज हो गया हुण बस थोड़ा ही टाइम लगेगा उस तो बाद पावांगे विच खंड आई मीन टू से चीनी हलवा बनाने हुने ओ जा हो गया गाढ़ा हलवा बनाने हुने है ना जा कड़ा समझ लो कड़ा वर्गा हो गया कड़ा रंगा नीवा कर ले नीवा सूर जरा ठीक करे करे मस्ती दे हो जांदा आला दे सारा सिस्टम हजे भी ये खंड नहीं पाई थोड़ा जा होर रंग बदलूगा फिर खंड पावांगे पूरा गाढ़ा हो गया हुण ते होर भी होगा हजे बर्फी दी शेप चाण लग जूगा। ढाई किलो सी ओह आटा गुड़ किलो दलिया ते किलो आटा ते 13 किलो दुध ते कुछ ड्राई फ्रूट ते आ 1.5 किलो खंड खंड इसे ही तरह जो इन्ना गाढ़ा हो जाए हलवा उदो पानी क्योंकि हुण एक बारी फिर पानी बन जूगा खंड दा इहदी चासनी हुण एवें बनूगी अग ते नाल दी नाल इस तों पहलां पा दे खंड तां फिर इहदे च उह एवें सख्त सख्त नहीं लगदा जिवें ऐ लगदा जिवें दलिया खाई जांदे ने एवें लगदा जे पहलां खंड पा दईए ते जिहड़ी खंड हुण पावांगे ना इहदे पक्के वे ते उह एवें लगूगा जिवें पक्की हुंदी उधर सूरज सामणे आउंदा खंड पूरी खुल गई है ते शाइन मार लग गया सोना हलवा एक बार फिर पानी जा बन जूगा खंड दा एक बार फिर खंड दा पानी जा बन जूगा ते आ गन्ना दियां वेखदियां आ ड्राई फ्रूट है जेडे काजू आपां सिटे सी ये कोई गन्ना नहीं है ते हुण इहनूं पूरा सका के पानी नूं फिर इहनूं लावांगे फिर इहनूं पहलां चाल दी हो गया सीगा करड़ा करड़ा उस तों बाद फिर इक वारी खंड पाउण तों बाद पानी जा बन गया ते हुण उस तों हूँ जो होगा ना उस तरीके का उदो तो देवे ला ये अपना हलवा तैयार किनारे तो लो भी बाई थक गया सी ते मम्मी नू ला के गया हूँ 5 घंटे होने वाले हो गए सानू लग्या नू ते चीज़ बना के खानी केड़ा सौखी है वाहवा रह जांदी है इन्ना भी घरे बना के खाई दी है ना जिहड़ी ओह सारी चीज़ आपके सामने हुंदी शुद्ध मज़ा आ रही है चीज़ा हुंदियां जिहड़ियां नहीं पता होंगे की सही है की गलत है घरें बना के खाइए तो वह सारी चीज वी होंगी बहुत ताकत वाला बनूंगा यह मैं तो अगे ही मोटी है यह 1.5 किलो कणक अंकुरित करी भी थोड़ी ज़्यादा ही कर लवे तो 1.5 किलो सुकी भी कणक होनी चाहिए दोबारे तो 1 किलो आटा 13 किलो दुध हजे तो मैं 100 ग्राम ही पाया घ्यो 1.5 किलो पाइए खंड ड्राई फ्रूट आपकी मर्जी का ना पावे तो भी बहुत वधिया लगता है अस तो बड़े बारी पाँदे नहीं होंगे ड्राई फ्रूट उ नरम रहा कोई जिम्मे बजुर्ग ने खाना हो फिर दंदा तो बगैर ड्राई फ्रूट खाना औखा हो जाता फिर क्ढना पैंता बिचों इस करके असी तो बड़े बारी पाँदे नहीं होंगे कई बार हम वीडियो के चक्कर च पाता बाकी कई बार असं एवं बना लें तो बाकी एक बार मैं 100 ग्राम घ्यो पाया जे जरूरत पई तो एक बार होर थोड़ा जहा पा देंगे घ्यो बाकी मैनू लगती है भी घ्यो की जरूरत पैनी नहीं क्योंकि दुध सारा सी ना जिन्ना उन्ना ही मझदा सी वधिया हिसाब नाल मार खुरचना कितने कड़ाई ना बुद्धि मार दी गजरेले वाले हाँ जो कहिंदा सी ना गजरेला डुल जे ते ओह नाल दी नाल ही चुल्हा खिलर गया वह भी इन्ना ही सी ना 5 इंच इट दा बिना गारे गुरे तो ऊं इट्टा रख के बैठा है एड्डी कड़ाई दुध दी भरी है कि नहीं कई कई हिंडे हुंदे तीर तागले
दुध दे विच पानी पा के चिट्टा जिहा करके वीडियो ही बनाया होवे हैं। नहीं हजे दुध ही सी, फट के वेखी तू दुबारे तो इहनू वीडियो नू वाली तकड़ी खंड पाउण तो 10-15 मिनटां बाद कलर हो गया चेंज चेंज, वाहवा रेड हो गया थोड़ा जा, थोड़ा रंगा हो गया। हाँ चलो जी हम लास्ट ते दिखाऊंगे। लो जी 2-3 मिनटां दी गल रह गई, हुण हो गया तैयार सोना हलवा। चल चल कढ़ाई कढ़ाई दवांगे। लास्ट आ गए टाइम, थोड़ा जहा घ्यो पावांगे, घ्यो ताकि चिपके ना, नाल घ्यो पाउण दी ज़्यादा पई नहीं जरूरत है, थोड़ी जी जरूरत है बस। घर दा ऐ नहीं पता भी किन्ना क मैं मुन के तो पाते नहीं, 2-4 चम्मच पाऊंगे बस। लो जी खंड पाउण तो पहला भी एक बार एवें हो गया सी गाढ़ा गाढ़ा, तो बोल वगू विचाले विचाले हिलन लग गया सी, तो खंड पाउण तो बाद एक बार फिर हो गया एवें दा, पर जो पहला सी जिवें खुरचना चलता वो नरम चलता सी, तो हुण हो गया चिपकू, इसका मतलब पता लग गया भी खंड की चाशनी बन गई, तो अड तो चाशनी चुशनी बनने की पई नहीं रोड़, तो फिर इन ठंडा करके फिर ये कटांगे टुकड़ियाँ, चाहे चाहे बनाओ पिन्नियाँ चाहे कुछ बनाओ। ये लो भी सोना हलवा हो गया तैयार, आधे घंटे में टाइम हो गया 2:45 दा, समझ लो 2 ही बज गए, तो 9:30 बजे की कढ़ाई धरी है, तो ला लो हिसाब हुण इन्ना टाइम लग गया। सोना हलवा बनाना बहुत औखा है, तो मम्मी तो थक के बह गई, तो सोना हलवा ते बनो सोना लगनी वेट करी जाती है, सोना हलवा बन जाए कदों उन्नी देर मिट्टी दी पिन्नियां बनाउंदी है। आटे वांगू गुन्निया गया कढ़ाई कोई कलर नहीं कोई कुछ नहीं, आपे ही कलर चेंज होया आपे ही, देखो शाइन मारता आ घ्यो है पिंड दे दुध च, घ्यो तो थोड़ा बहुत ही पाया 100 ग्राम पहला पाया थी, 2-3 चम्मच हूँ पाया, बाकी कोई घ्यो नहीं पाया। लो जी सोना हलवा हो गया तैयार, तो हुण इहदी कटिंग होगी, टुकड़ियां बननियां बर्फी दियां, असीं जिवें विंगियां रेडियां होईयां बना लांगे। बाकी जे आ ते वधिया वी टुकड़ी जां विंगी होवे जां टेढ़ी होवे टेस्ट च कोई फर्क नहीं आउंदा, टेस्ट कटर वगैरह नाल वी बन जांदी है। हाँ कटर वगैरह नाल सही बन जांदी टुकड़ी, असीं तां हुण इक वारी काल है शाम दा टाइम है दुआ करो जी, बन गईयां वधिया टुकड़ियां, ते बाकी ये जमा जिवें खोआ हुंदा है इन्ना सोहना टेस्ट है दा। मार दी है चमकारी। फर्श ते तिलकदा चकला कोई हत्थां नूं घ्यो लाउण दी लोड़ नहीं पई, कोई ज़्यादा घ्यो पाउण दी जरूरत नहीं पई क्योंकि दुध वधिया सी। काचू भी इहो जिही है मन्ना तां उगे, फिर उह तों वधिया काचू मंगाउने बाहरों।
एक बार जड़ा थे आया शाम का टाइम है काम भाव है जड़ा थे आया तो वो मैं एक बार मैं चल उन्हें मैं बनानी है देखो हम गोल टिक्कियां बना के खाऊगी मम्मी लड्डू गोपाल दी लड्डू गोपाल दी गलासी नाल लड्डू गोपाल दी गलासी है ये बना लिया मैं कटर ते देखो कितनी कैम सिरा चीज बनी है गोल गोल उन्हें कन्नियां जी रह जाए सवाल देखो सही नहीं सीधी साफ वो तो चाय पीनी है वट के रख दियो पर ये ताकत वाला होंगे ना ज़्यादा खादा नहीं आता ताकत बहुत ज़्यादा होंगी ये इस करके जवाकों वास्ते छोटिया टुकड़ियाँ बनाया पैदा ये तो मैं बनानी है जो कोई मेहमान आ जाते ना घर उन्होंने वास्ते उवें यह वेखिए कट्टन दे विच भी आसान है लगनी है कि मैं आया अच्छी है ये सोना हलवा सोन पापड़ी सोना हलवा सारे ना काचू जवाकों ने गत्ते कट कट के मोड़ रखे है ते काचू है जो रुसी रन का नक नहीं वढ़ते